ਜਮਾਤਾਂ ਦੀ ਸਾਰਿਆਂ ਨੂੰ ਕਿਹਾ ਹਾਲ ਚੰਨ ਸਾਰਿਆਂ ਦਾ ਦੋਸਤੋ ਹਰ ਇੱਕ ਚਮਕਦਾ ਪੱਥਰ ਹੀਰਾ ਨਹੀਂ ਬਣ ਸਕਦਾ ਕਿਉਂਕਿ ਹੀਰਾ ਬਣਨ ਵਾਸਤੇ ਬਹੁਤ ਹੀ ਠੰਡਕ ਦੀ ਲੋੜ ਹੁੰਦੀ ਹੈ ਕਿਉਂਕਿ ਪੱਥਰ ਜਿੰਨਾ ਮਰਜੀ ਚਮਕ ਲਵੇ ਧੁੱਪ ਦੇ ਵਿੱਚ ਉਹ ਥੋੜੀ ਜੀ ਹੀਟ ਦੇ ਨਾਲ ਹੀ ਗਰਮ ਹੋ ਜਾਂਦਾ ਹੈ ਤੇ ਹੀਰਾ ਚਾਹੇ ਸਾਰਾ ਦਿਨ ਸੋਰੇ ਤੇ ਥੱਲੇ ਪਿਆ ਰਵੇ ਜਾਂ ਸਾਰਾ ਦਿਨ ਅੱਗ ਦੇ ਵਿੱਚ ਪਿਆ ਰਵੇ ਉਹ ਕਦੇ ਗਰਮ ਨਹੀਂ ਹੁੰਦਾ ਉਹ ਠੰਡਾ ਹੀ ਰਹਿੰਦਾ ਹੈ ਇਸ ਕਰਕੇ ਜਿਹੜੇ ਕੁਝ ਰੂਹਾਂ ਐਸੀਆਂ ਹੁੰਦੀਆਂ ਉਹਨਾਂ ਨੂੰ ਥੋੜੀ ਜਿਹੀ ਗੱਲ ਕਰੋ ਇੱਕਦਮ ਉਹਨਾਂ ਨੂੰ ਗੁੱਸਾ ਆ ਜਾਂਦਾ ਕਿੰਨੇ ਆਪਣੇ ਭੈਣ ਭਰਾ ਐਸੇ ਆ ਵਿੱਚ ਮੈਂ ਵੀ ਮੈਂ ਵੀ ਤੁਹਾਡੇ ਨਾਲ ਹੀ ਆ ਸਭ ਮੈਂ ਵੀ ਕਦੇ 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 ਨਹੀਂ ਮੈਂ ਤਾਂ ਮੈਸ਼ੇ ਕਰਦਾ ਗੁੱਸਾ ਸੋ ਆਪਾਂ ਸਾਰਿਆਂ ਨੂੰ ਠੰਡ ਰੱਖਣੀ ਚਾਹੀਦੀ ਹੈ ਜਿੱਦਾਂ ਹੀਰੇ ਦੇ ਵਿੱਚ ਠੰਡਕ ਹੁੰਦੀ ਹੈ ਤੇ ਉਹ ਹੀਰਾ ਕੋਹਾਂਦਾ ਤੇ ਇਸੇ ਤਰ੍ਹਾਂ ਸਾਨੂੰ ਵੀ ਆਪਣੇ ਵਿੱਚ ਠੰਡ ਰੱਖਣੀ ਚਾਹੀਦੀ ਆ ਨਹੀਂ ਤਾਂ ਅਸੀਂ ਵੀ ਐਦਾਂ ਦੇ ਚਮਕਦੇ ਪੱਥਰ ਦੇ ਵਿੱਚ ਹੀ ਗਿਣੇ ਜਾਵਾਂਗੇ ਚਮਕਾਂਗੇ ਤਾਂ ਜ਼ਰੂਰ ਪਰ ਅੰਦਰੋਂ ਗਰਮੀ ਰਾਵਾਂਗੇ ਠੰਡਾ ਨਹੀਂ ਰਾਵਾਂਗੇ ਇਸ ਕਰਕੇ ਆਪਣੇ ਸਹਾਰ ਨੂੰ ਆਪਣੇ ਬੋਲਚਾਲ ਨੂੰ ਆਪਣੀ ਬਾਣੀ ਨੂੰ ਵਿਰਾਮ ਦਿਓ ਥੋੜਾ ਬੋਲੋ ਪਿਆਰ ਨਾਲ ਬੋਲੋ ਹੱਸੋ ਖੇਡੋ ਕਿਸੇ ਦੇ ਆ ਦਿਲ ਨਾਲ ਦਿਖਾਓ ਤੇ ਠੰਡੇ ਰਹੋ ਇਹੀ ਆ ਵੈਸੇ ਵੀ ਗਰਮੀ ਆ ਠੰਡੀ ਸਰਦਮੀ ਪੀ ਲਓ ਹਾਜ਼ਦੇ ਵਾਜ਼ੇ ਰਹੋ ਦੋਸਤੋ ਖੁਸ਼ ਰਹੋ ਆਬਾਦ ਰਹੋ ਮਾਤਾ ਰਾਣੀ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਨਿਰੋਗੀ ਜੀਵਨ ਤੁਹਾਨੂੰ ਸਾਰਿਆਂ ਨੂੰ ਬਖਸ਼ੇ ਤੇ ਯਾਦ ਰੱਖਿਓ ਫਿਰ ਇਹੀ ਗੱਲ ਅਸੀਂ ਚਮਕਦਾ ਪੱਥਰ ਨਹੀਂ ਬਣਨਾ ਅਸੀਂ ਹੀਰੇ ਬਣਨਾ ਹੈ ਵੈਸੇ ਤਾਂ ਤੁਸੀਂ ਸਾਰੇ ਹੀਰੇ ਹੈ ਜੀ